ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸਟਿੰਗ ਓਪਰੇਸ਼ਨ ਦਵਾਈ ਤੋਂ ਬਾਅਦ ਐਕਸ਼ਨ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ। ਨਜਾਇਜ਼ ਕਾਰੋਬਾਰ ਦੇ ਵਿੱਚ ਸ਼ਾਮਿਲ ਡਾਕਟਰਾਂ ਨੂੰ ਬੇਪਰਦਾ ਕੀਤਾ ਜਾਵੇ, ਰਾਜਪਾਲ ਦੇ ਵੱਲੋਂ ਕਿਹਾ ਗਿਆ। ਚੰਡੀਗੜ੍ਹ ਵਿਜੀਲੈਂਸ ਬਿਊਰੋ ਤੋਂ ਕਾਰਵਾਈ ਕਰਵਾਈ ਜਾਵੇ ਇਸ ਪੂਰੇ ਮਾਮਲੇ ਦੀ। ਰਾਜਪਾਲ ਦੇ ਵੱਲੋਂ ਕਿਹਾ ਗਿਆ ਮਰੀਜ਼ਾਂ ਦੇ ਨਾਲ ਮੁੜ ਧੱਕਾ ਨਾ ਹੋਵੇ, ਇਸ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵੱਲੋਂ ਸਟ੍ਰਿੰਗ ਓਪਰੇਸ਼ਨ ਕੀਤਾ ਜਾਂਦਾ ਹੈ। ਦਵਾਈ ਦਾ ਵੱਡੇ ਖੁਲਾਸੇ ਉਸ ਸਟ੍ਰਿੰਗ ਓਪਰੇਸ਼ਨ ਦੇ ਵਿੱਚ ਹੁੰਦਾ ਹੈ। ਪ੍ਰਮੁੱਖਤਾ ਦੇ ਨਾਲ ਇਸ ਖਬਰ ਨੂੰ ਨਸ਼ਰ ਵੀ ਕੀਤਾ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨੇ। ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਮਨੋਜ, ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਵੱਲੋਂ ਸਟ੍ਰਿੰਗ ਓਪਰੇਸ਼ਨ ਦਵਾਈ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਐਕਸ਼ਨ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨਜ਼ਰ ਆ ਰਿਹਾ, ਹੋਰ ਕੀ ਕੁਝ ਅਪਡੇਟ ਹੈ? ਦੇਖੋ ਰਵਨੀਤ, ਇਹ ਸਭ ਤੋਂ ਬੜੀ ਗੱਲ ਸੀਗੀ ਕਿ ਮੈਡੀਸਨ ਜਿਹੜੀ ਹੈਗੀ ਹੈ, ਡਾਕਟਰ ਜਿਹੜੇ, ਕੁਛ ਡਾਕਟਰ, ਸਾਰੇ ਡਾਕਟਰਾਂ ਦੀ ਗੱਲ ਨਹੀਂ ਕਰਨੀ, ਕੁਛ ਡਾਕਟਰ ਇੱਦਾਂ ਦੇ ਹੈਗੇ ਨੇ ਜਿਹੜੇ ਕਿ ਆਪਣੇ ਫਾਇਦੇ ਵਾਸਤੇ ਜਿਹੜੇ ਗਰੀਬ ਮਰੀਜ਼ ਆਉਂਦੇ ਆ ਉਹਨਾਂ ਨੂੰ ਵੀ ਉਹ ਛੱਡਦੇ ਨਹੀਂ ਹੈਗੇ, ਉਹਨਾਂ ਉੱਥੇ ਉਹ ਮੈਡੀਸਨ ਉਹ ਲਿਖਦੇ ਨੇ ਜਿੱਥੋਂ ਉਹਨਾਂ ਨੂੰ ਕਮਿਸ਼ਨ ਮਿਲਦਾ ਹੈਗਾ। ਇਹ ਗੱਲਾਂ ਪਹਿਲਾਂ ਪੂਰੀਆਂ ਚਰਚਾ ਸੀਗਾ, ਹਰ ਕੋਈ ਲੋਕ ਜਾਣਦੇ ਸੀਗੇ ਕਿ ਅਸੀਂ ਹੋਸਪਿਟਲ ਆਏ ਹਾਂ, ਹੋਸਪਿਟਲ 'ਚ ਦਵਾਈ ਦੇਣ, ਫ੍ਰੀ ਦਵਾਈ ਦੇਣ ਦਾ ਜਿਹੜੀ ਸਰਕਾਰਾਂ ਜਿਹੜਾ ਵਾਅਦਾ ਕਰਦੀ ਨੇ, ਪਰ ਫਿਰ ਵੀ ਜਿਹੜੀਆਂ ਪਰਚੀ 'ਤੇ ਲਿਖ ਕੇ ਬਾਹਰ ਦਵਾਈ ਦਿੱਤੀ ਨਹੀਂ, ਕਿਸੇ ਦਾ ਅੰਦਰ ਹੈ ਨਹੀਂ ਗਈ। ਹਰ ਕੋਈ ਸੋਚਦਾ ਸੀਗਾ, ਕਈ ਵਾਰੀ ਮਹਿੰਗੀ ਮੈਡੀਸਨ ਹੁੰਦੀ ਹੈ ਬਾਜ਼ਾਰ ਦੇ ਵਿੱਚ, ਤਾਂ ਉਹੀ ਮੈਡੀਸਨ ਕਿਹਾ ਜਾਂਦਾ ਕਿ ਇਸੀ ਹਸਪਤਾਲ ਦੇ ਕੋਲ ਮਿਲਣੀ ਹੈ, ਇਸੀ ਹਸਪਤਾਲ ਦੇ ਕੋਲ ਮੇਰਾ ਮੈਡੀਕਲ ਸਟੋਰ ਹੈਗਾ, ਉੱਥੋਂ ਹੀ ਮਿਲਣੀ ਹੈ, ਹੋਰ ਕੋਈ ਤਾਂ ਨਹੀਂ ਮਿਲਣੀ, ਜੇ ਕਿਤੇ ਹੋਰ ਜਾਂਦੇ ਹਾਂ ਤਾਂ ਨਹੀਂ ਮਿਲਦੀ, ਜੇ ਮਿਲਦੀ ਹੈ ਸਸਤੀ ਮਿਲ ਜਾਂਦੀ ਹੈ। ਇਹ ਗੱਲਾਂ ਲੋਕਾਂ ਨੂੰ ਸਭ ਨੂੰ ਪਤਾ ਸੀਗਾ, ਪਰ ਪਹਿਲੀ ਵਾਰੀ ਗੱਲ ਸਾਹਮਣੇ ਆਈ ਕਿ ਇਹ ਜਿਹੜੇ ਡਾਕਟਰ ਸੀਗੇ ਇਹ ਕੰਮ ਕਰਦੇ ਸੀਗੇ, ਇਹਨਾਂ ਵੱਲੋਂ ਪੈਸੇ ਜਿਹੜੇ ਸੀਗੇ ਮੈਡੀਕਲ ਰੀਪ੍ਰਜੈਂਟੇਟਿਵ ਦੇ ਕੋਲ ਤੇ ਆਪਣੇ ਆਪੀ ਜਿਹੜੀ UPI ਅਕਾਊਂਟ ਹੈ ਉਹਦੇ ਵਿੱਚ ਪਵਾਏ ਗਏ ਨੇ। ਉਹ ਜਿਹੜੀ ਟ੍ਰਾਂਜੈਕਸ਼ਨ ਆਈ ਆ 80-90 ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਈਆਂ ਨੇ, ਉਸ ਤੋਂ ਬਾਅਦ ਗੱਲ ਸਾਬਤ ਹੋਈ ਹੈ ਕਿ ਵਾਕਈ ਹੀ ਦਵਾਈ ਲਿਖਣ ਦੇ ਪੈਸੇ ਲਏ ਜਾ ਰਹੇ ਨੇ। ਇਸ ਮਸਲੇ ਲੈ ਕੇ ਜਿਹੜਾ ਚੰਡੀਗੜ੍ਹ ਦਾ ਜਿਹੜਾ ਹੈਲਥ ਡਿਪਾਰਟਮੈਂਟ ਆ, ਜਿਹੜੇ ਸੈਕਟਰੀ ਹੈਲਥ ਨੇ, ਉਹ ਕਾਫੀ ਹਰਕਤ 'ਚ ਆਏ ਨੇ, ਉਹਨਾਂ ਨੇ ਇਹਦੇ ਵਾਸਤੇ ਕਾਫੀ ਕਾਰਵਾਈ ਕੀਤੀ। ਜਿਹੜੇ ਡਾਕਟਰ ਦਾ ਨਾਮ ਆਇਆ ਉਹਨਾਂ ਨੂੰ, ਉਹਨਾਂ ਨੇ ਉਹ ਹਰਿਆਣਾ ਤੋਂ ਡੈਪੂਟੇਸ਼ਨ ਸੀਗੇ ਉਹਨੂੰ ਵਾਪਸ ਭੇਜ ਦਿੱਤਾ ਗਿਆ। ਇੱਕ ਡਾਕਟਰ ਜਿਹੜੇ ਸੀਗੇ ਕਹੀਏ ਵੀ ਕੰਟਰੈਕਚੁਅਲ ਡਾਕਟਰ ਸੀਗੇ, ਉਹਨੂੰ ਟਰਮੀਨੇਟ ਕਰ ਦਿੱਤਾ ਗਿਆ, ਅਤੇ ਕਈ ਡਾਕਟਰਾਂ ਦਾ ਜਿਹੜਾ ਤਬਾਦਲਾ ਇੱਥੋਂ ਕਰਕੇ ਕਿਸੇ ਹੋਰ ਜਗ੍ਹਾ ਦੇ ਵਿੱਚ, Sector 16 ਚੰਡੀਗੜ੍ਹ ਦਾ ਹੋਸਪਿਟਲ ਹੈ, ਗਵਰਨਮੈਂਟ ਮਲਟੀ ਸਪੈਸ਼ਲਿਸਟ ਹੋਸਪਿਟਲ ਹੈ, ਉੱਥੋਂ ਹੋਰ ਜਗ੍ਹਾ ਦੇ ਉੱਪਰ ਕਰ ਦਿੱਤਾ ਗਿਆ। ਪਰ ਸਭ ਤੋਂ ਬੜੀ ਗੱਲ ਸੀ ਕਿ ਜਾਂਚ ਕਦੋਂ ਹੋਏਗੀ, ਜਦੋਂ ਇਹ ਮਸਲਾ ਜਿਹੜੇ ਰਾਜਪਾਲ ਨੇ ਬਨਵਾਰੀ ਦਾ ਪ੍ਰੋਹਤ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਉਹਨਾਂ ਕੋਲ ਗਿਆ, ਤਾਂ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ, ਕਿਉਂਕਿ ਸਰਕਾਰ ਦਾ ਮਕਸਦ ਹੈ, ਸਰਕਾਰ ਜੋ ਕਹਿ ਰਹੀ ਕਿ ਲੋਕਾਂ ਨੂੰ ਸਸਤੀ ਦਵਾਈ ਮਿਲੇ ਤਾਂ ਉਹਨਾਂ ਨੂੰ ਕੋਈ ਇਲਾਜ ਫ੍ਰੀ ਮਿਲੇ, ਇੱਕ ਪਾਸੇ ਇੱਧਰ ਪੈਸੇ ਲਈ ਜਾਂਦੇ, ਤਾਂ ਗਵਰਨਰ ਵੀ ਇਸ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਹੋਏ ਨੇ, ਤਾਂ ਉਹਨਾਂ ਨੇ ਗੱਲ ਕਹੀ ਕਿ ਇਸ ਮਸਲੇ ਦੀ ਪੂਰੀ ਜਾਂਚ ਕੀਤੀ ਜਾਵੇ, ਜੋ ਬਿਜ਼ਨਸ ਹੈਗੀ ਆ ਉਹ ਇਸ ਨੂੰ ਜਾਂਚ ਵਿੱਚ ਲਗਾਇਆ ਜਾਵੇ, ਜੋ ਵੀ ਤੱਥ ਹੈਗੇ ਨੇ ਡਾਕਟਰ ਜਿੰਨੇ ਵੀ ਇਨਵੋਲਵ ਨੇ ਉਹ ਸਭ ਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀ ਪੂਰੀ ਕੰਮ ਡਾਕਟਰ ਦੀ ਪੂਰੀ ਡਾਕਟਰਾਂ ਦੀ ਕਮਿਊਨਿਟੀ ਆ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ, ਉਹਨੂੰ ਬਦਨਾਮ ਕਰਨ ਤੋਂ ਬਚਾਇਆ ਜਾ ਸਕੇ। ਔਰ ਜਿਹੜੇ ਡਾਕਟਰ ਨੇ ਇਹ ਕਿੱਥੋਂ ਮੈਡੀਸਨ ਲੈਂਦੇ ਸੀਗੇ, ਇਹਨਾਂ ਕੋਲ ਪੈਸੇ ਹੋਰ ਕੀ ਨੇ, ਕਿੱਥੇ ਨੇ, ਅਤੇ ਜਿਹੜੀਆਂ ਇਹਨਾਂ ਦੀਆਂ ਟ੍ਰਾਂਜੈਕਸ਼ਨ ਹੋਈਆਂ ਨੇ, ਇਹਨਾਂ ਦੀਆਂ ਜਿਹੜੀਆਂ ਬੈਂਕ ਸਟੇਟਮੈਂਟ ਉਹਨਾਂ ਦਾ ਪਤਾ ਲਗਾਇਆ ਜਾਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਬਿਜ਼ਨਸ ਕਰੇਗੀ। ਬਿਜ਼ਨਸ ਦੇ ਵਿੱਚ ਜਦੋਂ ਜਾਂਚ ਆਉਂਦੀ ਹੈ ਤਾਂ ਕਾਫੀ ਡਿਟੇਲ ਨਾਲ ਜਾਂਚ ਹੁੰਦੀ ਹੈ, ਕਿਉਂਕਿ ਆਫਿਸਰ ਉਹਦੇ ਵਿੱਚ ਇਸ ਕੰਮ ਦੇ ਮਾਹਰ ਮੰਨੇ ਜਾਂਦੇ ਨੇ, ਮਾਹਰ ਲਗਾਏ ਜਾਂਦੇ ਹੁੰਦੇ ਨੇ, ਅਤੇ ਉਹ ਜਿਹੜੀ ਜਾਂਚ ਜੋਗੇ ਵਿੱਚ ਹੋਰ ਡਾਕਟਰਾਂ ਦੇ ਨਾਮ ਵੀ ਆਉਣਾ ਬਿਲਕੁਲ ਸ਼ਾਮਿਲ ਹੈਗਾ। ਹਾਲੇ ਅਸੀਂ 5-7 ਡਾਕਟਰਾਂ ਦੀ ਗੱਲ ਕਰਦੇ ਹਾਂ, ਹੋ ਸਕਦਾ ਵੀ ਇਹ ਆਂਕੜਾ ਇਸ ਤੋਂ ਵੀ ਜ਼ਿਆਦਾ ਵੱਧ ਜਾਵੇ, ਪਰ ਰਾਜਪਾਲ ਦਾ ਇਸ ਵਿੱਚ ਇੰਟਰਸਟ ਲੈਣਾ ਔਰ ਇਸ ਦੀ ਜਾਂਚ ਨੂੰ ਫਿਰ ਦਿੱਕਤਾਂ ਨਾਲ ਕਰਾਉਣ ਵਾਸਤੇ ਜਿਹੜਾ ਹੈਲਥ ਡਿਪਾਰਟਮੈਂਟ ਉਹਨੂੰ ਕਹਿਣਾ, ਇਹ ਕਈ ਤਰ੍ਹਾਂ ਦੀ ਜਿਹੜੀ ਏਜੰਡੇ ਲੋਕਾਂ ਨੇ, ਜਿਹੜੇ ਲੋਕਾਂ ਨੂੰ ਲੁੱਟ ਹੁੰਦੀ ਆ ਉਹਨਾਂ ਵਾਸਤੇ ਬੜੀ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਜੀ। ਤਾਂ ਬਿਲਕੁਲ ਮਨੋਜ ਜੀ, ਕਿੰਨੇ ਡਾਕਟਰਾਂ ਤੇ ਹੁਣ ਤੱਕ ਕਾਰਵਾਈ ਕੀਤੀ ਗਈ ਹੈ, ਕੁਛ ਇਸ ਸੰਬੰਧੀ ਜਾਣਕਾਰੀ? ਬਿਲਕੁਲ, ਜਿਹੜੇ ਹੁਣ ਤੱਕ ਅਸੀਂ ਗੱਲ ਕਰੀਏ ਸੀ, ਇੱਕ ਡਾਕਟਰ ਤਾਂ ਸੀਗਾ ਜਿਹੜੇ ਉਹਨਾਂ ਨੂੰ ਡਿਪੂਟੇਸ਼ਨ ਦੇ ਬਾਹਰ ਭੇਜ ਦਿੱਤਾ ਗਿਆ, ਜਿੱਥੋਂ ਹਰਿਆਣਾ ਤੋਂ ਆਏ ਸੀਗੇ, ਉਹ ਪਹਿਲਾਂ ਪੰਚਕੂਲਾ ਚ ਤਣਾਅ ਸੀਗੇ, ਅਤੇ ਨਾਲ ਲੱਗਦੇ ਉਹਨਾਂ ਦੀ ਹੁਣ ਜਿਹੜੀ ਡਿਪਾਰਟਮੈਂਟ ਨੇ ਇਨਕੁਆਇਰੀ ਸ਼ੁਰੂ ਕੀਤੀ ਹੈ, ਅਤੇ ਬਿਜ਼ਨਸ ਹੋਰ ਉਹਨਾਂ ਦੀ ਜਾਂਚ ਜਾਣ ਵਾਲੀ ਹੈਗੀ ਆ, ਅਤੇ ਉਹਨਾਂ ਦੇ ਹੈਗੀ ਆਪਣੇ ਘਰ ਦੇ ਨਾਮ ਦੇ ਉੱਪਰ ਉਹ ਜਿਹੜੇ ਸੀਗੇ UP ਦੇ ਜਿਹੜੇ ਪੈਸੇ ਆਪਣੇ ਟ੍ਰਾਂਸਫਰ ਕਰਾਉਂਦੇ ਸੀਗੇ। ਦੂਜਾ ਹੈਗਾ ਇੱਕ ਡਾਕਟਰ ਨੂੰ ਟਰਮੀਨੇਟ ਕਰਤਾ, ਅਤੇ ਕਈ 6-7 ਡਾਕਟਰਾਂ ਨੂੰ ਜਿਹੜਾ ਹੈਗਾ ਉਹ ਟ੍ਰਾਂਸਫਰ ਕਰਤਾ ਗਿਆ, ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸੰਖਿਆ ਹੋਰ
ਵਧਣ ਦੇ ਵੀ ਅਸਰ ਦਿਖਾਈ ਦੇ ਰਹੇ ਆ, ਕਿਉਂਕਿ ਜੋ ਮੈਡੀਸਨ ਹੈਗੀ ਆ ਜਦੋਂ ਗੱਲ ਕਰਦੇ ਹਾਂ ਹੈਲਥ ਡਿਪਾਰਟਮੈਂਟ ਨਾਲ, ਕਹਿੰਦੇ ਸਾਡੇ ਕੋਲ 350 ਮੈਡੀਸਨ ਨੇ ਜਿਹੜੀ ਅਸੀਂ ਹਸਪਤਾਲ 'ਚ ਫ੍ਰੀ ਦਿੰਦੇ ਹਾਂ, ਅਤੇ 172 ਐਡਮਿਡੀਸਨ ਜਿਹੜੀ ਨੇ ਉਹ ਸਾਡੇ ਕੋਲ ਅੱਜ ਵੀ ਪਈਆਂ ਨੇ। ਉਹ ਕਹਿੰਦੇ ਕਿ ਜੋ ਖਾਂਸੀ ਦੇ, ਕਿਉਂਕਿ ਉਹ ਇਹ ਇੱਦਾਂ ਹਸਪਤਾਲ ਆ ਰਵਨੀਤ, ਦੱਸਣਾ ਚਾਹਾਂਗੇ ਕਿ ਜਿੱਥੇ ਕਿ ਗਰੀਬ ਲੋਕ ਆ, ਮਿਡਲ ਫੈਮਿਲੀ ਦੇ ਲੋਕ ਆਉਂਦੇ ਜਿਹੜੇ ਬੜੇ ਹਸਪਤਾਲ ਨਹੀਂ ਜਾ ਸਕਦੇ, ਉਹਨਾਂ ਵਾਸਤੇ ਸਿੱਧੀ ਜਿਹੜੀ ਮੈਡੀਸਨ ਹੈ, ਖਾਂਸੀ, ਜ਼ੁਕਾਮ, ਪੇਟ ਦਰਦ, ਦਰਦ, ਪਿੱਠ ਦਰਦ, ਇਹ ਇੱਦਾਂ ਦੇ ਮਰੀਜ਼ ਆਉਂਦੇ ਨੇ ਕਿ ਇੱਥੋਂ ਫਿਰ ਅੱਗੇ ਰੈਫਰ ਕੀਤੇ ਜਾਂਦੇ ਨੇ PGI ਨੂੰ ਜਾਂ ਬੱਤੀ ਨੂੰ। ਉਹਨਾਂ ਲੋਕਾਂ ਦਾ ਨਾਲ ਵੀ ਜਿਹੜੀ ਹੈਗੀ ਆ ਫ੍ਰੀ ਦਵਾਈ ਦੇਣ ਦੀ ਗੱਲ ਕਰਦੀ, 172 ਮੈਡੀਸਨ ਥੋੜੀਆਂ ਨਹੀਂ ਹੁੰਦੀਆਂ ਹੈਗੀਆਂ, ਪਰ ਉਸਦੇ ਬਾਵਜੂਦ ਬਾਹਰ ਤੋਂ ਮੈਡੀਸਨ ਲਿਖੀ ਜਾ ਰਹੀ ਹੈ। ਉਹ ਜਿਹੜਾ ਨਕਸਲ ਸੀਗਾ ਜੀ ਪੰਜਾਬ ਹਰਿਆਣਾ ਹਿਮਾਚਲ ਜਿਹੜਾ ਹੈਗਾ, ਜੀ ਮੀਡੀਆ ਹੈਗਾ, ਉਹਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਸਬੂਤ ਸਾਹਮਣੇ ਸਰਕਾਰ ਦੇ ਰੱਖੇ ਨੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਪਰ ਕਿੱਦਾਂ ਦੀ ਕਾਰਵਾਈ ਕਰਦੀ ਹੈ। ਜੀ ਮਨੋਜ, ਕਿਵੇਂ ਖੁਲਾਸਾ ਹੁੰਦਾ ਹੈ ਇਸ ਸਾਰੀਆਂ ਜੋ ਚਲਾਇਆ ਜਾ ਰਿਹਾ ਸੀ ਦਵਾਈਆਂ ਨੂੰ ਲੈ ਕੇ, ਜੋ ਵੀ ਗੋਰਖ ਧੰਦਾ ਡਾਕਟਰਾਂ ਦੇ ਵੱਲੋਂ ਚਲਾਇਆ ਜਾ ਰਿਹਾ ਸੀ, ਕਿਵੇਂ ਖੁਲਾਸਾ ਹੁੰਦਾ ਸਾਰੀ ਜੋ ਮਾਮਲਾ ਹੈ ਉਸਦਾ? ਦੇਖੋ ਰਮਨੀਤ, ਜਦੋਂ ਵੀ ਅਸੀਂ ਮੈਡੀਸਨ ਲੈਣ ਜਾਂਦੇ ਹਾਂ ਤਾਂ ਸਾਨੂੰ ਬਾਹਰ ਤੋਂ ਮੈਡੀਸਨ ਲਿਖੀ ਜਾਂਦੀ ਹੈ, ਤਾਂ ਇੱਕ ਵਾਰੀ ਸਾਡੇ ਸਭ ਦੇ ਮਨ 'ਚ ਤਾਂ ਅਸੀਂ ਵੀ ਹੋਈਏ ਸਰਕਾਰੀ ਹਸਪਤਾਲ ਜਾਈਏ, ਚਾਹੇ ਕਿਸੇ ਹੋਸਪਿਟਲ ਜਾਈਏ, ਸਾਡੇ ਮਨ 'ਚ ਇੱਕ ਗੱਲ ਆਉਂਦੀ ਹੈ ਵੀ ਯਾਰ ਮੈਡੀਸਨ ਤਾਂ ਸਾਨੂੰ ਲਿਖੀ ਇਹਨਾਂ ਨੇ ਬਾਹਰ ਤੋਂ, ਔਰ ਇਹ ਕਹਿੰਦੇ ਵੀ ਇੱਥੋਂ ਲੈ ਕੇ ਆਓ ਮੈਡੀਸਨ, ਉਹ ਅਸੀਂ ਇੱਥੇ ਪੁੱਛ ਲੈਂਦੇ ਹਾਂ ਵੀ ਬਾਹਰੋਂ ਮਿਲ ਜੂਗੀ, ਨਹੀਂ ਉੱਥੋਂ ਨਹੀਂ ਮਿਲਣੀ ਜੀ, ਇੱਥੋਂ ਮਿਲਣੀ ਆ। ਉਹ ਸਵਾਲ ਖੜਾ ਹੁੰਦਾ ਵੀ ਕਿਉਂ ਇੱਥੋਂ ਕਿਉਂ ਮਿਲਣੀ ਆ, ਹੋਰ ਕਿੱਥੋਂ ਕਿਉਂ ਨਹੀਂ ਮਿਲਣੀ ਹੈਗੀ, ਅਤੇ ਇਹ ਗੱਲਾਂ ਸਭ ਦੇ ਬੜਾ ਜ਼ਹਿਨ ਸੀਗੀਆਂ। ਅਤੇ ਇਹ ਗੱਲਾਂ ਜਦੋਂ ਜੀ ਮੀਡੀਆ ਨੇ ਵੀ ਪਤਾ ਲੱਗਿਆ ਕਿ ਇੱਦਾਂ ਦੀ ਗੱਲ ਹੁੰਦੀ, ਤਾਂ ਅਸੀਂ ਜਾਂਚ ਕੀਤੀ, ਜਿਹੜੇ ਲੋਕ ਸੀ ਮਰੀਜ਼ਾਂ ਨੂੰ ਜਾ ਕੇ ਮਿਲੇ, ਤਾਂ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਕਿ ਇੱਕ ਬੰਦਾ ਸਾਹਮਣੇ ਸਾਡੇ ਆਇਆ ਜਿਹੜਾ ਮੈਡੀਕਲ ਰਿਪ੍ਰੈਜੈਂਟੇਟਿਵ ਸੀਗਾ, ਉਹਨੇ ਗੱਲ ਦੱਸੀ ਕਿ ਇੱਦਾਂ ਦੀ ਗੱਲ ਸਾਰੀ ਚੱਲਦੀ ਹੈ ਜੀ। ਤਾਂ ਜਦੋਂ ਗੱਲ ਚੱਲਦੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਅਸੀਂ ਪੈਸੇ, ਮੈਂ ਪੈਸੇ ਵੀ UPI ਦਿੰਦਾ, ਅਤੇ ਉਹਨੂੰ ਅਸੀਂ ਕਿਹਾ ਵੀ ਤੂੰ ਸਾਨੂੰ ਦੱਸ ਸਾਰੀ ਕਹਾਣੀ ਦੱਸ, ਲੋਕ ਇੱਕ ਦਾ ਮਸਲਾ, ਤੂੰ ਇੱਕ ਭਲਾ ਕਰਨ ਵਾਲਾ ਕਰਨਾ ਹੈਗਾ। ਤਾਂ ਉਸ ਬੰਦੇ ਨੇ ਸਾਰੀ ਗੱਲ ਜਿਹੜੀ ਜੀ ਮੀਡੀਆ ਦੇ ਕੈਮਰੇ ਵਿੱਚ, ਉਹਨੇ ਇਹੀ ਗੱਲ ਕਹੀ ਕਿ ਮੇਰਾ ਚਿਹਰਾ ਨਾ ਦਿਖਾਓ, ਅਤੇ ਅਸੀਂ ਉਹਦੀ ਜਿਹੜੀ ਗੱਲ ਸੀ ਸਾਰੀ ਜਿਹੜੀ ਲੋਕਾਂ ਨੂੰ ਦੱਸੀ ਹੈਗੀ। ਉਸ ਤੋਂ ਬਾਅਦ ਅਸੀਂ ਤਹਿਕੀਕਾਤ ਕੀਤੀ, ਜਿਹੜੇ ਸਾਨੂੰ ਉਹਦੀਆਂ UPI ਦੇ ਜਿਹੜੇ ਟ੍ਰਾਂਜੈਕਸ਼ਨਾਂ ਮਿਲੀਆਂ ਉਹ ਸਾਡੇ ਕੋਲ ਮਿਲੀਆਂ, ਕਾਰਡ ਸਾਡੇ ਕੋਲ ਬਹੁਤ ਸਾਰੇ ਕਾਰਡ ਹੈਗੇ ਨੇ ਜਿਹਨਾਂ ਪਰ ਡਾਕਟਰਸ ਨੇ ਆਪਣੀ ਪ੍ਰੈਸਕ੍ਰਿਪਸ਼ਨ ਲਿਖੀ ਹੋਈ ਹੈ ਬਾਹਰ ਤੋਂ ਮੈਡੀਸਨ, ਲੇਕਿਨ ਉਦਾਂ ਦੀ ਮੈਡੀਸਨ ਜਦੋਂ ਗੱਲ ਕੀਤੀ ਗਈ ਡਾਕਟਰ ਹਸਪਤਾਲ ਨੂੰ, ਉਹ ਕਹਿੰਦੇ ਸਾਡੇ ਕੋਲ 73 ਮੈਡੀਸਨ ਫ੍ਰੀ ਨੇ, ਸਾਡੇ ਹੋਸਪਿਟਲ 'ਚ ਅਵੇਲੇਬਲ ਨੇ, ਜੋ ਗੌਰਮੈਂਟ ਵੱਲੋਂ ਮਰੀਜ਼ਾਂ ਨੂੰ ਫ੍ਰੀ ਦੇ ਜਾਣੀ ਹੈ, ਫਿਰ ਮੈਡੀਸਨ ਕਿਉਂ ਲਿਖੀ ਜਾ ਰਹੀ ਹੈ? ਇਹ ਜਿਹੜੇ ਸਵਾਲ ਸੀ ਕਈ ਸੀਗੇ, ਜਦੋਂ ਲੋਕਾਂ ਨਾਲ ਵੀ ਗੱਲ ਕੀਤੀ ਗਈ, ਕਈ ਉਹਨਾਂ ਨਾਲ ਵੀ ਗੱਲ ਕੀਤੀ, ਕਹਿੰਦੇ ਅਸੀਂ ਸ਼ਿਕਾਇਤਾਂ ਬਹੁਤ ਕਰਦੇ ਹਾਂ ਪਰ ਕਾਰਵਾਈ ਕੋਈ ਨਹੀਂ ਹੁੰਦੀ। ਗੱਲ ਫਿਰ ਮੁੜ ਕੇ ਹੋ ਜਾਂਦੀ ਕਿ ਥੱਲਿਓਂ ਲੈ ਕੇ ਉੱਪਰ ਤੱਕ ਸਭ ਮਿਲੇ ਹੋਏ ਹਾਂ, ਕਿਉਂਕਿ ਚੰਡੀਗੜ੍ਹ ਵਿੱਚ ਜਿੱਥੇ ਕਿ ਪੰਜਾਬ ਦੀ ਰਾਜਧਾਨੀ ਆ, ਗਵਰਨਰ ਬੈਠੇ ਨੇ, ਬੜੇ ਬੜੇ ਸੈਕਟਰੀ ਬੈਠੇ ਨੇ, ਸਰੀਆਂ ਬਿਜ਼ਨਸ ਬੈਠੀ ਹੈਗੀ ਆ, ਬੜੇ ਬੜੇ ਆਫਿਸਰ ਸਾਰੇ ਲੋਕਲ ਬੈਠੇ ਨੇ, ਹਰ ਇੱਕ ਦਫ਼ਤਰ ਦਾ ਆਪਸ 1 ਕਿਲੋ ਤੇ 2 ਕਿਲੋਮੀਟਰ ਦਾ ਫਰਕ ਹੈ, ਇਸ ਤੋਂ ਜ਼ਿਆਦਾ ਹੈ ਹੀ ਨਹੀਂ ਹੈਗਾ। ਉੱਥੇ ਵੀ ਡਾਕਟਰਾਂ ਨੂੰ ਖੌਫ ਨਹੀਂ ਹੈਗਾ, ਤਾਂ ਕਈ ਸਵਾਲ ਖੜੇ ਕਰਦੇ ਆਖਿਰ ਖੌਫ ਹੈ ਤਾਂ ਕਿਉਂ ਨਹੀਂ ਹੈਗਾ, ਕਿਉਂਕਿ ਹਰ ਇੱਕ ਡਿਪਾਰਟਮੈਂਟ ਦੀ ਆਪਣੀ ਇੱਕ ਇੰਟਰਨਲ ਬਿਜ਼ਨਸ ਹੁੰਦੀ ਹੈ, ਉਹ ਇੰਟਰਨਲ ਬਿਜ਼ਨਸ ਕਿਆ ਕਰ ਰਹੀ ਹੈ, ਉਹ ਬਿਜ਼ਨਸ ਸੁੱਤੀ ਪਈ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਇੰਨੀਆਂ ਮੈਡੀਸਨਾਂ ਲਿਖੀਆਂ ਜਾ ਰਹੀਆਂ ਨੇ, ਔਰ ਜਿਹੜੇ ਮੈਡੀਕਲ ਸਟੋਰਾਂ ਦੇ ਲੋਕ ਨੇ ਉਹ ਹਸਪਤਾਲ ਦੇ ਅੰਦਰ ਜਾ ਕੇ ਮਰੀਜ਼ ਦੀ ਪਰਚੀ ਫੜ ਕੇ ਆਪਣੀ ਦੁਕਾਨ 'ਤੇ ਲੈ ਜਾਂਦੇ ਆ, ਕਿਉਂ ਇਹ ਕਿਉਂ ਨਹੀਂ ਪਕੜਿਆ ਗਿਆ ਹੈਗਾ? ਤੁਸੀਂ ਹੋਸਪਿਟਲ ਜਾਓ ਸਟੋਰਾਂ ਦੇ ਵਿੱਚ, ਤੁਸੀਂ ਕੋਈ ਪਰਚੀ ਲੈ ਕੇ ਗੇਟ ਦੇ ਉੱਪਰ ਆਓ, ਆਉਂਦੇ ਹੀ ਕੋਈ ਨਾ ਕੋਈ ਮੈਡੀਕਲ ਸਟੋਰ ਦਾ ਬੰਦਾ ਤੁਹਾਡੀ ਪਰਚੀ ਫੜੂਗਾ, ਆਪਣੇ ਮੈਡੀਕਲ ਸਟੋਰ 'ਤੇ ਲੈਜੂਗਾ, ਕਿਉਂਕਿ ਉਹਨੂੰ ਪਤਾ ਕਿ ਡਾਕਟਰ ਨੇ ਜਿਹੜੀ ਮੈਡੀਸਨ ਲਿਖੀ ਮੇਰੀ ਦੁਕਾਨ 'ਤੇ ਉੱਪਰ ਹੈਗੀ ਹੈਗੀ ਆ। ਅਤੇ ਬਹੁਤ ਸਾਰੀ ਗੱਲਾਂ ਨੇ, ਪਰ ਤੁਹਾਡਾ ਸਵਾਲ ਆ ਸਿਸਟਮ ਦੇ ਹੁੰਦਾ, ਸਰਕਾਰਾਂ ਚਾਹੇ ਜਿੱਥੇ ਮਰਜ਼ੀ ਬੈਠ ਕੇ ਕੋਈ ਮਰਜ਼ੀ ਨਿਯਮ ਬਣਾ ਦੇਵੇ, ਕਹਿ ਦੇਣਾ ਵੀ 5 ਲੱਖ ਦਾ ਇਲਾਜ ਫ੍ਰੀ ਹੈ, ਪੰਜਾਬ ਸਰਕਾਰ ਕਹਿ ਰਹੇ ਵੀ ਸਾਰੀਆਂ ਮੈਡੀਸਨਾਂ ਫ੍ਰੀ ਨੇ, ਅਗਰ ਸੈਂਟਰ ਗੌਰਮੈਂਟ ਕਹਿ ਰਹੇ ਵੀ ਮਰੀਜ਼ਾਂ ਨੂੰ ਹਸਪਤਾਲ ਜਾ ਕੇ ਇੱਕ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈਗੀ ਹੈ, ਪਰ ਫਿਰ ਵੀ ਜਿਹੜਾ ਜ਼ਮੀਨ ਹੈ ਉਹਦੀ ਹਕੀਕਤ ਬਿਲਕੁਲ ਅਲੱਗ ਹੈਗੀ ਹੈ ਕਿ ਜਦ ਤੱਕ ਜ਼ਮੀਨ ਦੇ ਉੱਪਰ ਨੂੰ ਠੀਕ ਨਹੀਂ ਕੀਤਾ ਜਾਏਗਾ, ਸਰਕਾਰ ਜੋ ਮਰਜ਼ੀ ਪੋਲਿਸੀਆਂ ਬਣਾ ਲੈਣ, ਉਹ ਪੋਲਿਸੀ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਹੈਗੀ, ਜ਼ਮੀਨ ਦੇ ਉੱਪਰ ਕੰਮ ਕਰਨਾ ਪਊਗਾ। ਇਹ ਜਿਹੜੇ ਲੋਕ ਨੇ ਜਿਹੜੀ ਡਾਕਟਰੀ ਪੇਸ਼ੈਂਟ ਨੂੰ ਬਦਨਾਮ ਕਰਦੇ ਨੇ, ਅਸੀਂ ਫਿਰ ਗੱਲ ਕਹਿੰਦੇ ਹਾਂ ਕਿ ਸਾਰੇ ਡਾਕਟਰਸ ਇੱਦਾਂ ਦੇ ਨਹੀਂ ਹੈਗੇ, ਕੁਛ ਡਾਕਟਰ ਦੇ ਕਾਰਨ ਪੂਰਾ ਪੇਸ਼ਾ ਜਿਹੜਾ ਹੈਗਾ ਉਹ ਬਦਨਾਮ ਹੋ ਰਿਹਾ। ਜੀ ਰਮਨੀਤ, ਠੀਕ ਹੈ ਜੀ, ਮਨੋਜ ਬਹੁਤ ਬਹੁਤ ਸ਼ੁਕਰੀਆ।